serial start. Hello friends, I hope you are fine. I am Avkirat. So, today we are going to waffle company. A Belgian waffle company. So, today we are going to open the new market. And today I did not have a vlog because my exam started. So, I am studying BDC. So, let's go. So, friends, I am going to open it. So, let's go. ਸਾਡੇ ਸੜਕ ਤੇ ਸੜ ਟੁੱਟੀ ਦੀ ਪਈ ਆ ਸੋ ਅੱਜ ਆ ਫਰੈਂਡ ਸਕੂਲ ਵੀ ਤੇ ਚੱਲੇ ਆ ਚਾਂਸ ਸੱਤੀ ਸੰਤ ਬਹੁਤ ਠੰਡਿਆ ਸਿਰਫ ਪਰਸੈਂਟ ਰੇਟ ਹੋਵੇ ਤਾਂ ਵਾਟਰ ਵੇਟ ਹੋਵੇ ਛੋਟੇ ਛੋਟੇ ਹੋਣਗੇ ਸੋਫਟ ਹੋਣਗੇ
ਵਧੀਆ ਕਰ ਦੇ ਜਿਹੜਾ ਹੈਗਾ ਠੀਕ ਹੈ ਵਧੀਆ ਕਰ ਦੇ ਸੋ ਫਰੈਂਡਸ ਅਸੀਂ ਇੱਥੇ ਫਸਟ ਟਾਈਮ ਆਏ ਹਾਂ ਸੋ ਦੇਖ ਲਓ ਕਿੰਨੀ ਸੋਹਣੀ ਡੈਕੋਰੇਸ਼ਨ ਆ ਫਰੈਸ਼ ਵੇ ਕਰ ਦੋ ਸੋ ਉਹਦੇ ਤੋਂ ਬਾਅਦ ਕਰ ਦਿੱਤਾ ਸ਼ੁਰੂ ਕਰਨ Yummy.
ਹੈ ਨਾ ਹੈਗਾ ਤਾਂ ਯੰਮੀ ਪਰ ਇਹਦਾ ਖਾਣਾ ਬੜਾ ਔਖਾ ਉਹਦੀ ਤਾਂ ਬਣਾ ਵੀ ਉਹ ਮੈਂ ਦਿਖਾਵਾਂਗਾ ਮੰਮਾ ਵੀ ਚੱਲ ਗਈ ਮੇਰੀ ਕ੍ਰਿੰਜੀ ਆ ਗਈ ਭਾਈ ਬਾਕੀ ਤੁਸੀਂ ਪਲੇਟਾਂ ਵਗੈਰਾ ਰੱਖੋ ਨਾ ਖਾਸ ਕਰਕੇ ਖਾਏ ਬੜੇ ਯੰਮੀ ਗਰਮ ਠੰਡਾ ਹੈ ਅੱਛਾ ਲੱਗਾ ਮੈਨੂੰ ਚੋਕਲੇਟ ਤਾਂ ਫਿਰ ਤੈਨੂੰ ਪਤਾ ਮਾਈਗ੍ਰੇਨ ਦੀ ਪ੍ਰੋਬਲਮ ਤਾਂ ਕੀ ਯਾਰ ਮੈਂ ਇੰਨੀ ਖਾਣੀ ਆ ਮੈਨੂੰ ਤਾਂ ਕਿਉਂ ਨਹੀਂ ਹੋਇਆ ਤੁਮਾਂ ਪੈਸੇ ਤੇ ਚੰਗੀ ਗੱਲ ਆ ਤੈਨੂੰ ਜ਼ਰੂਰ ਕਰਾਉਣਾ ਤੋਂ ਇਹਦੇ ਤੋਂ ਬਿਲਕੁਲ ਨਿਕਾ ਜਾ ਕਰਦਾ ਹੈ ਮੈਂ ਖਾ ਲਿਆ ਬੱਚੀ ਦੀ ਬਾਤ ਚੋ ਕਿੱਲਾ ਬਾਤ ਖਾ ਲਵਾ ਠੀਕ ਸੋ ਫਰੈਂਡਸ ਹੋਰ ਆਪਾਂ ਮੇਰੀ ਬਰਥਡੇ ਦੀ ਡਰੈਸ ਲੈਣ ਉਹ ਬਾਅਦ ਮੇਰੀ ਜਾਣਾ ਸਕੂਲ ਦੀ ਡਰੈਸ ਲੈਣ ਆ ਗਈ ਮੰਮਾ ਰਾਣੀ ਮੈਂ ਵੈਸੇ ਵੀ ਪੈਸੇ ਲੈ ਗਈ ਹੁਣ ਨਹੀਂ ਮਿਲੂਗਾ ਉਹ ਮੇਰੀ ਯੂਨੀਫੋਰਮ ਦੇ ਆ ਹੁਣ ਨਹੀਂ ਮਿਲੂਗੀ ਉਹ ਦੋ ਮੈਂ ਸਵਾਓ ਉਹ ਦੋ ਹੈਗੇ ਆ ਨਾ ਉਹਨਾਂ ਦੋ ਚੈੱਕ ਸਵਾਓ ਕਿਉਂ ਹੁਣ ਕਿਉਂ ਮਿਲੂਗਾ ਓਕੇ ਦੇਖੋ ਮੈਨੂੰ ਮੰਮਾ ਨੇ ਕਿਹਾ ਨਹੀਂ ਸਲਵਾਰ ਸਵਾਰ ਸਲਵਾਰ ਸਵਾਰ ਆ ਕੱਲਾ ਕਮੀਜ਼ ਆ ਮੇਰੇ ਤੋਂ ਦੀ ਸਲਵਾਰ ਆ ਸਲਵਾਰ ਤੋਂ ਦੀ ਕਿਹਾ ਆ ਕੱਲਾ ਕਮੀਜ਼ ਕਿੰਨੇ ਦਾ ਪਊ ਆ ਕੱਲਾ ਕਮੀਜ਼ ਆਰੇ ਸੋਨਾ ਸੀ ਜੇ ਨਾ ਕਾਹਦਾ ਤੋਂ ਸਲਵਾਰ ਰੈਡ ਕਲਰ ਜਿਹੜਾ ਵਧੀਆ ਲੱਗਦਾ ਉਹ ਕਰ ਰੈਡ ਕਲਰ ਅੱਛਾ ਲੱਗਦਾ ਯੋ ਰੈਡ ਕਲਰ ਪਲਾਸਟਿਕ ਇਹ ਯੋ ਵਾਲਾ ਮੈਰੂਨ ਟਾਈਪ ਹੀ ਲਾ ਇਹ ਮੰਮਾ ਕਿਤੇ ਕੋ ਸੂਟ ਹੈਗਾ ਨਹੀਂ ਨਾ ਨਹੀਂ ਹੈਗਾ ਨਾ ਤੇ ਕਿ ਇੱਥੇ ਦਾ ਬਲੈਕ ਕਲਰ ਸ਼ੀਸ਼ੇ ਲੱਗੇ ਇਹਦੇ ਨਾਲ ਕਿਹਦੇ ਤੋਂ ਵਾਈਟ ਵਾਲਾ ਸੋਹਣਾ ਲੱਗਦਾ ਜੀ ਇਹਦਾ ਫ੍ਰੈਂਡਸ ਨੇ ਮੰਮਾ ਲਈ ਸੂਟ ਪਸੰਦ ਕੀਤਾ ਕਿੱਦਾਂ ਦਾ ਲੱਗਿਆ ਮੰਮਾ ਕੋ ਪੁੱਛੋ ਬੋਲ ਨਾ ਟੱਪੋ ਨਹੀਂ ਤੂੰ ਕੀ ਆਣਾ ਤੇਰੀ ਵਾਈਫ ਮੇਰੇ ਦਿਨਾਂ ਨੂੰ ਬੁਲਾ ਰਹੀ ਹੈ ਤੇ ਕਿਉਂ ਰਹਿ ਗਈ ਹੈ ਕੀ ਗਾ
ਖਾਣਾ ਮੇਰੇ ਬੱਚੇ ਨੂੰ ਤੇ ਫਰੈਂਡ ਸੱਜਿਆ ਲੈ ਆਏ ਆ ਪੰਕਜ ਪੰਕਜ ਫਾਸਟ ਫੂਡ ਤੇ ਤੋਂ ਸੰਡੇ ਆ ਜੇ ਸੰਡੇ ਇੰਜੋਏ ਕਰ ਲੈ ਯਾਰ ਲੋ ਮੈਂ ਹਲੇ ਦੇਖੀ ਨਹੀਂ ਚਟਕਾਰੇ ਗੋਲ ਗੱਪੇ ਗੋਲ ਗੱਪੇ ਮੈਂ ਪੜ੍ਹ ਰਹੀ ਹਾਂ ਮੰਮਾ ਨੂੰ ਪਾਪਾ ਦੇ ਤੂੰ ਪੜ੍ਹਨ ਵੀ ਦਿੰਦੀ ਆ ਮੰਮਾ ਟਿੱਕੀ ਟਿੱਕੀ ਕੀ ਕਰਦੀ ਰਹਿੰਦੀ ਆ ਅਕਸਰ ਮੈਂ ਬਾਹਰ ਦਾ ਬਿਲਕੁਲ ਨਹੀਂ ਖਾਂਦੀ ਉੱਦਾਂ ਮੇਰੇ ਮੰਮਾ ਘਰੇ ਬਣਾਉਂਦੇ ਪਰ ਮੈਂ ਕਿੰਨੇ ਦਿਨਾਂ ਨੂੰ ਬਾਅਦ ਨਹੀਂ ਕਿਸੇ ਕੁਝ ਖਾਧਾ ਇਹ ਸ਼ਾਇਦ ਮੈਨੂੰ ਮਨ ਕੀਤਾ ਨਾਲੇ ਪਹਿਲਾਂ ਮੇਰੇ ਪਾਪਾ ਨੇ ਕਹਿ ਦਿੱਤਾ ਚਲੋ ਖਾਂਦੇ ਇਸ ਲਈ ਮੇਰਾ ਮਨ ਕਰ ਰਹੇ ਆ ਹਾਂਜੀ ਖਾੜੋ ਆ ਕੇ ਖਾਓ ਗਰਮ ਆ ਤੁਸੀਂ ਤਾਂ ਖਾੜੋ ਤੁਸੀਂ ਖਾਣਾ ਜਲਦੀ ਕਰੋ ਟੇਸਟ ਵੀ ਦੱਸੋ ਦੱਸੋ ਬੋਲ ਕੇ ਸਾਡੇ ਹੋਟਲ ਬਹੁਤ ਪੁਰਾਣਾ ਸਾਡੇ ਸ਼ਹਿਰ 'ਚ ਬਹੁਤ ਪੁਰਾਣਾ ਰੈਸਟੋਰੈਂਟ ਹੈ ਬਹੁਤ ਫਾਸਟ ਫੂਡ ਅੱਛਾ ਮਿਲਦਾ ਮੇਰੇ ਪਾਪਾ ਮੇਰੇ ਜਿਹੜੇ ਸੀਗੇ ਉਦੋਂ ਦੇ ਹੋਟਲ ਖੁੱਲ੍ਹੇ ਉਹ ਤੋਂ ਪਹਿਲਾਂ ਦਾ ਪੰਕਜ ਫਾਸਟ ਫੂਡ ਪਹਿਲਾਂ ਮੇਰਾ ਫੇਸ ਬਾਅਦ ਚ ਬੁਰਾ ਦਿਖਾਇਆ ਸੋ ਫਰੈਂਡ ਮੈਂ ਆ ਚੁੱਕੀ ਆ ਘਰੇ ਸੋ ਆਈ ਹੋਪ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇ ਸੋ ਕਿੰਨੇ ਦਿਨ ਬਾਅਦ ਮੇਰੀ ਕੋਈ ਵੀਡੀਓ ਆਈ ਦੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਸੋ ਹਿੱਟ ਲਾਈਕ ਐਂਡ ਬਾਏ ਹਿੱਟ ਆਈ ਨਹੀਂ